ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ, ਮੈਨੂੰ ਹੱਸੀ ਆਉਂਦੀ ਹੈ ਜਦ ਮੈਂ ਦੇਖਦਾ ਹਾਂ ਪੇਜਾਂ ਦੇ ਪੇਜ ਦੀ ਐਡਵਰਟਾਈਜ਼ਮੈਂਟ ਕਿ ਆਹ ਜੀ 100 ਕਰੋੜ ਇੱਥੇ, 200 ਕਰੋੜ ਇੱਥੇ। ਇਹਨਾਂ ਨੂੰ ਪਤਾ ਵੀ ਹੈ, ਨੰਬਰ 1 ਪਲੈਨਿੰਗ ਸਟੇਜ ਤੋਂ ਲੈ ਕੇ ਇੰਪਲੀਮੈਂਟੇਸ਼ਨ 4 ਤੋਂ ਲੈ ਕੇ 1 ਸਾਲ 4 ਮਹੀਨੇ ਤੋਂ 1 ਸਾਲ 1 ਮਹੀਨੇ ਤੱਕ ਲੱਗ ਸਕਦਾ ਹੈ। ਵਰਲਡ ਬੈਂਕ ਦਾ ਮਸਲਾ ਹੈ, ਏਸ਼ੀਆ ਡਿਵੈਲਪਮੈਂਟ ਬੈਂਕ, ਗਵਰਨਮੈਂਟ ਆਫ ਇੰਡੀਆ ਦੀ ਕਲੀਅਰੈਂਸ, ਕੋਸਟ ਸ਼ੇਅਰਿੰਗ ਬੇਸਿਸ 'ਤੇ ਜੋ ਵੀ ਅਸੀਂ ਕਰਦੇ ਹਾਂ, ਇਹ ਤਾਂ ਸਭ ਡਰਾਮਾ ਕਰ ਰਹੇ ਨੇ। ਇਹਨਾਂ ਨੂੰ ਪਤਾ ਸਾਰਿਆਂ ਨੂੰ ਕਿ ਕੁਛ ਨਹੀਂ ਹੋਣਾ, 2 ਹਫ਼ਤਿਆਂ ਦੇ ਵਿੱਚ ਤਾਂ ਤੁਹਾਡੀ ਕੋਰਟ ਲੱਗ ਜਾਣੀ ਹੈ। ਫਿਰ ਮੈਂ ਤੁਹਾਨੂੰ ਇਹ ਦੱਸਣਾ, ਮੈਂ ਦੱਸਣਾ ਚਾਹੁੰਦਾ ਹਾਂ ਔਰ ਮੈਂ ਗਾਰੰਟੀ ਨਾਲ ਇਹ ਕੀਤੀ ਹੈ, ਸਾਰਿਆਂ ਨੂੰ ਕਿਹਾ ਕਿ ਜਿਹਨਾਂ ਨੇ, ਔਰ ਅੱਜ ਤੋਂ ਨਹੀਂ, ਵਿਸ਼ਾਲ ਆਈ ਹੈਵ ਬੀਨ ਸੇਇੰਗ ਦਿਸ, ਮੇਰਾ ਖਿਆਲ ਪਤਾ ਨਹੀਂ ਕਿੰਨੇ ਸਾਲਾਂ ਤੋਂ, ਕਿੰਨੇ ਮਹੀਨਿਆਂ ਤੋਂ, ਕਿ ਕੌਮ ਅਕਾਲੀ ਦਿਸ ਪੰਜਾਬ ਦੇ ਵਿੱਚ ਜੋ ਅਸੀਂ ਪ੍ਰਾਪਤੀ ਕੀਤੀ ਹੈ, ਜੋ ਸਾਡੀ ਮੈਨੀਫੈਸਟੋ ਸੀ, 92% ਵੀ ਹੈਵ ਕੰਪਲੀਟਿਡ। ਔਰ ਮੈਂ ਕੱਢ ਕੇ ਉਹ ਦਿੱਤੇ, ਐਡੇ ਥੱਬੇ ਪਏ ਨੇ ਮੇਰੇ ਕੋਲ, ਜਿਹੜਾ ਤੁਹਾਡੇ ਵਿੱਚੋਂ ਦੇਖਣਾ ਚਾਹੁੰਦੇ ਯੂ ਕੈਨ ਕਮ ਐਂਡ ਸੀ ਇਟ, ਐਂਡ ਵੀ ਹੈਵ ਵੀ ਗਿਵਨ ਇਟ, ਅਸੀਂ ਦੇ ਦਿੱਤੇ ਸਾਰਿਆਂ ਨੂੰ। ਜਦੋਂ ਅਸੀਂ 92% ਕਰਤੇ, 1 ਮਿੰਟ, ਜਦੋਂ ਉਹ 92% ਕਰਤੇ, ਪਲੀਜ਼ ਅੰਡਰਸਟੈਂਡ ਦੈਟ ਲਾਸਟ ਵਨ ਹੂ ਡਿਡ 83% ਵਾਸ ਚੰਦਰ ਬਾਬੂ ਨਾਇਡੂ ਇਨ ਆਂਧਰ ਪ੍ਰਦੇਸ਼। ਉਸ ਤੋਂ ਬਾਅਦ ਅਗਰ ਰਿਕਾਰਡ ਹੈ ਕਿਸੇ ਦਾ, ਇਟ ਇਜ਼ ਆਰ ਗਵਰਨਮੈਂਟ, ਮੇਰੀ ਗਵਰਨਮੈਂਟ ਜਿਹਨੇ ਪ੍ਰਾਪਤੀ ਕੀਤੀ। ਤੁਹਾਨੂੰ ਕੱਲ ਹੋਮ ਮਿਨਿਸਟਰ ਦਾ ਬਿਆਨ ਤੁਸੀਂ ਪੜ੍ਹਿਆ, ਦੈਟਸ ਅਸੀਂ ਵੀ ਆਰ ਵਿਦ ਆਰ ਪਾਰਟੀ ਐਂਡ 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 ਵਿਦ ਤੀਜਾ ਸਾਹਿਬ ਦੀ ਪਾਰਟੀ ਨਾਲ ਅਸੀਂ ਸੀਟ ਐਡਜਸਟਮੈਂਟ ਕਰਾਂਗੇ। I can't hear. One by one. Yeah, Captain Saab, aap dilli ja rahe hain. Captain Saab, please. Ek minute nibble. When are you meeting BJP President JP Nadda for seat sharing? Let us get everything. No, no, it's not a question of, look, in principle decisions ho gaye hain. Now it is only seat adjustment. Seat adjustment waste we will go, let us. Sir, our office number, I can't tell you number, I can't say ke sade no 10 aunge ya sade 50 aunge ya 100 aunge, main tonu eh dass sakda ke meri request hoegi to both parties, let us pick winners. Agar Tinsa sahab da winner hai, main support karunga aur BJP bhi karungi, I'm sure. Agar BJP da candidate hai, sare rakh ke karange, sada candidate hoega, I'm sure unhone rakh ke sare rakh karne, because saryan da mudda ik hai, ਪੰਜਾਬ ਜਿੱਤਣਾ, ਪੰਜਾਬ ਜਿੱਤਣਾ, ਐਂਡ ਪੰਜਾਬ ਅਸੀਂ ਜਿੱਤਾਂਗੇ। ਕੈਪਟਨ ਸਾਹਿਬ, ਕੈਪਟਨ ਸਾਹਿਬ, ਨਵਜੋਤ ਸਿੰਘ ਸਿੱਧੂ ਵਾਂਸ ਅਗੇਨ ਸੇਇੰਗ ਫॉर द ਪਾਕਿਸਤਾਨ ਟ੍ਰੇਡ ਦੈਟ ਅ ਬਿਜ਼ਨਸ ਸ਼ੁੱਡ ਬੀ ਵਿਦ ਪਾਕਿਸਤਾਨ। ਸੋ ਵਾਟ ਡੂ ਯੂ ਸੀ ਦ ਸਟੇਟਮੈਂਟ? ਫਰਸਟ ਯੂ ਸਟਾਪ ਸ਼ੂਟਿੰਗ ਮਾਈ ਸੋਲਜਰਸ, ਦੈਨ ਵੀ ਟਾਕ ਅਬਾਊਟ ਟ੍ਰੇਡ। ਸਰ, ਤੁਹਾਡੀ ਪਾਰਟੀ ਦਾ ਇੱਕ ਮਿੰਟ, ਕੈਪਟਨ ਸਾਹਿਬ ਤੁਹਾਡੇ ਗੱਲ ਸੋ ਰਹਾ ਹੈ, ਸੀਐਮ ਤਾਂ ਕਹਿ ਰਿਹਾ ਕਿਹੜਾ ਰਹੇਗਾ, ਉਹ ਇਸ ਬਾਰੇ ਗੱਲ ਬੋਲੀ। ਕੀ ਜੀ, ਮੈਂ ਸਮਝਿਆ ਨਹੀਂ। ਸੀਐਮ ਫੇਸ, ਸੀਐਮ ਫੇਸ, ਸੀਐਮ ਤਾਂ ਕਹਿ ਰਿਹਾ ਕਿਹੜਾ ਹੋਏਗਾ, ਤੁਹਾਡੀ ਲੀਡਰਸ਼ਿਪ ਹੋਣੀ ਹੈ। ਇਹ ਦਿਸ ਇਜ਼ ਅਪ ਟੂ ਦ ਕੰਬਾਈਂਡ, ਤਿੰਨੋਂ ਪਾਰਟੀਆਂ ਇਕੱਠੇ ਹੋ ਕੇ ਫੈਸਲਾ ਕਰਨਗੀਆਂ, ਐ ਨਹੀਂ ਕੋਈ ਕਰ ਸਕਦਾ। ਸਰ, ਤੁਹਾਡੀ ਲੀਡਰਸ਼ਿਪ ਤੁਹਾਡੇ, ਇੱਕ ਮਿੰਟ, ਹਾਂ ਸਰ, ਅਤੇ ਚੰਦ ਸਾਹਿਬ ਜਿਹੜੇ ਤੁਹਾਡੀਆਂ ਖੱਬੀਆਂ ਸੱਜੀਆਂ ਬਾਹਾਂ ਰਹੇ ਨੇ ਤੇ ਰਾਈਟ ਹੈਂਡ ਰਹੇ ਨੇ, ਉਹ ਕਦੋਂ ਕੁ ਤੁਹਾਡੇ ਨਾਲ ਦੇਖਣ ਨੂੰ ਮਿਲਣਗੇ? ਕਿਹੜੀਆਂ ਖੱਜੀਆਂ ਖੱਜੀਆਂ ਸੱਜੀਆਂ? ਕਭੀ ਕੋਈ ਸੱਜੇ ਹੋਗੀ, ਸੱਜੇ ਕੋਈ ਖੱਬੇ ਹੋਗੀ। ਅਮਨਦੀਪ, ਬਾਬਾ ਜੀ ਹੋਰੇ ਖੜੇ ਨੇ ਲੁਕਿੰਗ ਆਫਟਰ ਅੰਮ੍ਰਿਤਸਰ, ਮੈਨੂੰ ਕਹਿੰਦੇ ਸੀ ਹੁਣ ਬਾਹਰ ਕੈਂਡੀਡੇਟ ਹੋ ਗਏ ਸਾਡੇ ਕੋਲ, ਸੋ ਆਈ ਸੈਡ ਡਸਨਟ ਮੈਟਰ, ਯੂ ਕੀਪ ਦਮ ਆਲ ਦੇਅਰ, ਵੀ ਵਿਲ ਦੈਨ ਸਟੱਡੀ ਸਿਲੈਕਸ਼ਨ ਕਮਿਟੀ ਬੈਠੇਗੀ, ਦੇ ਵਿਲ ਚੂਜ਼। ਲੇਕਿਨ ਤੁਸੀਂ ਗੱਲ ਕਰ ਰਹੇ ਹੋ MLA ਔਰ MP ਤੋਂ ਸਿਟਿੰਗ ਨੇ, ਉਹ ਹੁਣ ਇਹਨਾਂ ਨੂੰ ਪਹਿਲਾਂ ਇਹਨਾਂ ਦਾ ਕੋਡ ਆਫ ਕੰਡਕਟ ਲੱਗਣ ਦਿਓ ਔਰ ਇਹ ਬਚਾਉਣ, ਨਹੀਂ ਤਾਂ ਤੁਹਾਨੂੰ ਪਤਾ ਹੈ ਕੀ ਕਰਨਗੇ, ਉਹਦੇ ਨਹੀਂ ਉਹਨਾਂ ਦੇ ਸਾਰੇ ਫੰਡ ਫੁੰਡ ਬੰਦ ਰਹਿੰਦੇ ਨੇ, ਪ੍ਰੋਜੈਕਟ ਬੰਦ ਹੋ ਜਾਣਗੇ, ਜੈਸੇ ਮੇਰੇ ਕਰਕੇ ਪਟਿਆਲੇ 'ਚ। ਸਟੇਟਮੈਂਟ
We will create people who we want, we think can fit our ideology and the way they are with us. ਉਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਲੈਣ ਨੂੰ ਤਿਆਰ ਹੈ। ਇਹ ਨਹੀਂ ਕਿ ਜਿਹੜੇ ਕਾਂਗਰਸ ਕਰ ਲੈਣ ਅਸੀਂ ਉਹਦੇ ਸ਼ਾਮਿਲ ਕਰ ਲਈਏ। ਵੀ ਵਿਲ ਸੀ ਸਿੱਧੂ ਸਿੰਘ ਕੇ 35 ਮੈਂ ਕਹਿੰਦੀ ਮੈਂ ਬਦਲ ਦੇਣੇ ਨੇ ਆਪਣੀਆਂ ਸੀਟਾਂ। ਉਹ ਤੁਹਾਡਾ ਖਿਆਲ ਹੈ ਕਿ 35 ਦੇ 35 ਅਸੀਂ ਲੈਣਾਂਗੇ ਅਸੀਂ ਚੁਣ ਕੇ ਰਵਾਂ ਦੇਖਾਂਗੇ। ਨਹੀਂ I can't tell you now. Amit Shah ji aaj mera kal Rajasthan mein pata nahi kithe. Jado utho unna di sanu we should be prepared and they are prepared. Amit Shah ji naal nahi, I think there will be Nadda ji. I haven't met Nadda ante milya nahi unna nu. And state de charge ne koi I don't know the setup. Mainu pata nahi. Par mera hun ta hi eh jehdi gal hoi hai do bandiyan naal. Ik home minister naal phir prime minister naal. But that's all. But main milunga saryan nu naturally. ਮੈਨੂੰ ਤਾਂ ਜੋ ਹੋਮ ਮਿਨਿਸਟਰ ਨੇ ਕੱਲ ਅਨਾਊਂਸ ਕੀਤਾ ਹੈ ਇਨ ਦਿਸ HT ਸਮਿਟ ਉਹਨਾਂ ਨੇ ਕਲੀਅਰਲੀ ਕਿਹਾ ਕਿ ਸਾਡੀ ਅੰਡਰਸਟੈਂਡਿੰਗ ਹੋ ਰਹੀ ਹੈ ਵੈਰੀ ਐਂਡ ਵੀ ਆਰ ਵੈਰੀ ਕਲੋਜ਼ ਟੂ ਐਨ ਅੰਡਰਸਟੈਂਡਿੰਗ ਵਿਦ ਸਾਡੀ ਪਾਰਟੀ ਔਰ ਢੀਂਡਸਾ ਸਾਹਿਬ ਦੀ। ਹੁਣ ਈਸ਼ਾ ਯੈਸ ਬਥੇਰੇ ਹੋ ਗਏ ਤੇਰੇ ਸਵਾਲ। ਕਿੰਨੀ ਸੀਟਾਂ ਇਟਸ ਟੂ ਸੂਨ ਟੂ ਸੇ ਪਹਿਲਾਂ ਤਾਂ ਮੀਟਿੰਗ ਹੋ ਗਈ ਮਿਲ ਤੋਂ ਰਹੇ ਹੋਤੇ ਮੈਂ ਤਾਂ ਮਿਲਾ ਵੀ ਨਹੀਂ ਕਿਸੇ ਨੂੰ ਅਭੀ। I have to sit with the president, I have to sit with the Punjab in charges, phir ye baatein to hongi ek baar ke kaun se unke meri request jaise maine kiya hai we should go on seat to seat basis ki kehri party jeet rahi hai। Captain sahab Punjab de vich kyunki kisanan da agitation ajay jari hai ga MSP da issue hai te jehde case register hoye oh wapas lain da issue hai ga to lagda hai ki hopeful ho tusi ki I am hopeful sir sawal suno tusi ke issue elections to pehla resolve ho jayega aur kyunki ਦੇਖੋ ਦਿਸ ਇਜ਼ ਬਿਟਵੀਨ ਦ ਫਾਰਮਰ ਮੇਰੀ ਗੱਲ ਸੁਣੋ ਤੁਸੀਂ ਇੱਕ ਗੱਲ ਸੁਣੋ ਮੇਰੀ ਕਿਸਾਨਾਂ ਨੇ ਬੜੇ ਸਪਸ਼ਟ ਤਰੀਕੇ ਨਾਲ ਕਿਹਾ ਕਿ ਅਸੀਂ ਕਿਸੇ ਪੋਲੀਟੀਕਲ ਆਊਟਫਿਟ ਨੂੰ ਇਨਵੋਲਵ ਨਹੀਂ ਕਰਨਾ ਚਾਹੁੰਦੇ ਇਹਨਾਂ ਦੀ ਜਿਹੜੀ ਸਮਝੌਤਾ ਹੈ ਇਸ ਵੇਲੇ ਇਟ ਇਜ਼ ਬਿਟਵੀਨ ਦ ਫਾਰਮ ਆਰਗੇਨਾਈਜੇਸ਼ਨ ਐਂਡ ਗਵਰਨਮੈਂਟ ਆਫ ਇੰਡੀਆ ਤੋ ਇਹ ਸਵਾਲ ਮੇਰੇ ਮੈਨੂੰ ਨਾ ਪੁੱਛੋ ਤੁਸੀਂ ਕਿਸਾਨਾਂ ਨੂੰ ਪੁੱਛੋ ਜਿੱਥੇ ਤਾਂ ਇਹ ਇਸ਼ੂਜ਼ ਨੇ ਮੈਨੂੰ ਸਵਾਲ ਤੁਸੀਂ ਕੀਤਾ ਸੀ ਐਂਡ ਮੈਂ ਕਲੈਰਿਟੀ ਉਹ ਦੇ ਦਿੱਤੀ ਦੈਟ ਆਈ ਥਿੰਕ ਜਦੋਂ ਨੈਸ਼ਨਲ ਕਮਿਟਮੈਂਟ ਹੋ ਗਈ everyone should accept that because implement karan main kitni commitments kar dena aur thoda kya jehdi main savere commitment kiti hai chief minister sham nu lagu ho jandi hai no kade hafta lag janda hai kade 10 din lag jande ne these things take time sir mera sawal ye si ga complex hai sir mera ye sawal si ga a solution votes de vich convert hoega ya nahi hoega eh main keh raha I can't say this sare the campaign start honi hai lekin mainu eh hai main tonu dass sakda hai ke jo mainu feedback aayi hai from the field both urban and rural they are very positive on our party aur eh jada gath jod assi saadi apni party nahi lekin tinna tinna naal badi saadi they looking a fourth combination jada hai eh nu province de rahe rajmeet She is saying that Chenni has said that BJP ne na they have roped in Dhindsa and Captain Amarinder to destroy Punjab. This Chenni has said. That is Chenni's views. I don't know who is destroying who.
ਕੈਪਟਨ ਅਮਰਿੰਦਰ ਸਿੰਘ ਗਠਬੰਧਨ ਕਰਨਾ ਚਾਹੁੰਦੇ ਨੇ, ਇਸ ਕਰਕੇ ਪੰਜਾਬ ਚ ਪਹਿਲਾਂ ਟਿਫਨ ਫਾਰਮ ਮਿਲਦੇ ਰਹੇ ਵੀ ਤੇ ਹੁਣ ਦੁਬਾਰਾ ਮਿਲਣੇ ਸ਼ੁਰੂ ਹੋ ਗਏ ਨੇ, ਪਹਿਲਾਂ ਆਰੋਪ ਤੁਹਾਡੇ ਤੇ ਲੱਗਦੇ ਰਹੇ ਨੇ, ਤੁਹਾਡੇ ਕੀ ਕਹਿਣਾ? ਔਰ ਇੱਕ ਹੋਮ which is the security matters, that is with the home minister.